ਲੁਧਿਆਣਾ ਦੇ ਭੀੜ ਭੜੱਕੇ ਵਾਲੇ ਇਲਾਕੇ ਗੁੱਜਰਮਲ ਰੋਡ ਤੇ ਤੇਜ਼ ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਦਵਾਈ ਵਿਕਰੇਤਾ ਦੇ ਕਰਿੰਦੇ ਨੂੰ ਜ਼ਖਮੀ ਕਰਕੇ 15 ਲੱਖ ਰੁਪਏ ਦੀ ਨਗਦੀ ਅਤੇ ਐਕਟਿਵਾ ਖੋ ਕੇ ਫਰਾਰ ਹੋ। ਘਟਨਾ ਸੋਮਵਾਰ ਦੁਪਹਿਰ ਦੀ ਹੈ ਜਦ ਗੁੱਜਰਮਲ ਰੋਡ ਤੇ ਸਥਿਤ ਗੁਰੂ ਨਾਨਕ ਕੰਪਲੈਕਸ 'ਚ ਦਵਾਈਆਂ ਦਾ ਕਾਰੋਬਾਰ ਕਰਨ ਵਾਲੀ ਫਰਮ ਮੈਡੀਕੋ ਫਾਰਮਾਸਿਸਟਿਕ ਦੇ ਮਾਲਿਕ ਐਸ ਕੇ ਗਰੋਵਰ ਨੇ ਆਪਣੇ ਵਰਕਰ ਨੂੰ 15 ਲੱਖ ਰੁਪਏ ਦੀ ਨਗਦੀ ਵਾਲਾ ਬੈਗ ਦੇ ਕੇ ਮਾਤਾ ਰਾਣੀ ਚੌਂਕ ਸਥਿਤ ਐਚ ਡੀ ਐਫ ਸੀ ਬੈਂਕ 'ਚ ਜਮ੍ਹਾਂ ਕਰਵਾਉਣ ਦੇ ਲਈ ਭੇਜਿਆ। ਜਿਉਂ ਹੀ ਰਾਕੇਸ਼ ਨਗਦੀ ਵਾਲਾ ਬੈਗ ਲੈ ਕੇ ਐਕਟਿਵਾ ਤੇ ਸਵਾਰ ਹੋ ਕੇ ਮਾਰਕੀਟ ਤੋਂ ਕੁਝ ਕਦਮਾਂ ਦੀ ਦੂਰੀ ਤੇ ਸਥਿਤ ਘੋੜਾ ਗਲੀ ਨੇੜੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਖੜ੍ਹੇ ਦੋ ਨੌਜਵਾਨਾਂ ਨੇ ਉਸ 'ਤੇ ਦਾਤਰ ਤਾਣਦੇ ਹੋਏ ਕੈਸ਼ ਵਾਲਾ ਬੈਗ ਦੇਣ ਨੂੰ ਕਿਹਾ। ਰਾਕੇਸ਼ ਦੇ ਮਨ੍ਹਾ ਕਰਨ 'ਤੇ ਉਹਨਾਂ ਨੇ ਉਸਦੇ ਦਾਤਰ ਉਲਟਾ ਕੇ ਮਾਰਿਆ, ਜਿਸ ਤੋਂ ਉਹ ਘਬਰਾ ਗਿਆ, ਜਿਸ ਤੋਂ ਬਾਅਦ ਲੁਟੇਰੇ ਉਸ ਤੋਂ ਐਕਟਿਵਾ ਅਤੇ ਨਗਦੀ ਵਾਲਾ ਬੈਗ ਖੋ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਣ 'ਤੇ ADCP ਰਤਨ ਸਿੰਘ ਬਰਾੜ, ASP ਸਚਿਨ ਗੁਪਤਾ ਅਤੇ ਥਾਣਾ ਇੰਚਾਰਜ ਮੌਕੇ 'ਤੇ ਪਹੁੰਚੇ ਅਤੇ ਪੀੜਿਤ ਤੋਂ ਮਾਮਲੇ ਦੀ ਜਾਣਕਾਰੀ ਲਈ। ਪੁਲਿਸ ਨੇ ਦੋਸ਼ੀਆਂ ਦੀ ਪਛਾਣ ਲਈ ਮਾਰਕੀਟ 'ਚ ਲੱਗੇ CCTV ਕੈਮਰੇ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਫਰਮ ਹੈਗੀ ਡਿਵਾਈਨ ਫਰਮ, ਉੱਥੇ ਇੱਕ ਮੁਲਾਜ਼ਮ ਹੈਗਾ, ਉਸਦਾ ਨਾਮ ਸੋਨੀ ਹੈ। ਉਹ ਫਰਮ ਕੀ ਐਕਟਿਵਾ ਲੈ ਕੇ ਜਾ ਰਿਹਾ ਸੀ ਅਤੇ ਉਸ 'ਤੇ ਕਿਸੇ ਤਿੰਨ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਉਸਕੇ ਪੈਸੇ ਖੋ ਲਏ। ਆਪਾਂ ਇਸਕੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜਲਦੀ ਸੇ ਜਲਦ ਕੇਸ ਟ੍ਰੇਸ ਕਰਾ ਜਾਏਗਾ। ਆਪਾਂ ਹਰ ਚੀਜ਼ ਇਸਕੋ ਕੰਗਾਲ ਕੇ ਵੇਖ ਰਹੇ ਹਾਂ, ਹਰ ਪੋਸੀਬਲ ਐਂਗਲ ਸੇ ਇਸਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਜਲਦੀ ਇਸ ਕੇਸ ਕੋ ਸੋਲਵ ਕਰ ਲਿਆ ਜਾਏਗਾ ਜੀ। ਇਹ ਕਲੇਮ ਕਰ ਰਹਾ 3 ਬੰਦੇ ਥੇ, ਆਪਾਂ ਇਸ ਕਲੇਮ ਕੋ ਵੀ ਵੈਰੀਫਾਈ ਕਰ ਰਹੇ ਹਾਂ। ਇਹ ਆਪਾਂ ਕੰਬਲ ਮਾਰਕੀਟ ਹੈਗੀ ਪਿੰਡੀ ਗਲੀ ਦੇ ਕੋਲੇ, ਵਹਾਂ ਪੇ ਉਸਕੇ ਨੇੜੇ ਹੋਇਆ ਜੀ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬਾਬੀ ਕਾਠੀਆ ਦੀ ਰਿਪੋਰਟ, ਚੈਨਲ 2।